ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤਨਿੱਗੀ ਸਤਿ ਸ੍ਰੀ ਅਕਾਲ, ਮੈਂ ਹਾਂ ਹਰਮਨਪ੍ਰੀਤ ਕੌਰ, ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ, ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟਾਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਪੀਕਰ ਦੀ। ਕਹਿੰਦੇ ਸਪੀਕਰ ਦੀ ਕੁਰਸੀ ਦੇ ਲਈ ਇੰਡੀਆ ਗੱਠਜੋੜ ਨੇ ਭਾਜਪਾ ਦੀ ਖੇਡ ਵਿਗਾੜ ਕੇ ਰੱਖ ਦਿੱਤੀ ਹੈ ਜੀ। ਬਿਲਕੁਲ ਜੀ ਬਿਲਕੁਲ, ਸਪੀਕਰ ਦੀ ਜਿਹੜੀ ਚੋਣ ਹੋਣੀ ਆ ਉਹਦੇ ਵਾਸਤੇ ਭਾਜਪਾ ਗੱਠਜੋੜ ਦੀ ਖੇਡ ਵਕਤੀ ਤੌਰ ਦੇ ਉੱਤੇ ਵਿਗੜੀ ਹੋਈ ਪ੍ਰਤੀਤ ਹੁੰਦੀ ਹੈ। ਅਸਲ ਦੇ ਵਿੱਚ ਇਹ ਗੱਲ ਆ, ਉਹਦਾ ਕਾਰਨ ਇਹ ਆ ਵੀ ਸਪੀਕਰ ਦੇ ਕੋਲੇ ਪਾਵਰਾਂ ਬਹੁਤ ਸਾਰੀਆਂ ਹੁੰਦੀਆਂ, ਕਿਹਨੂੰ ਬੋਲਣ ਦਾ ਸਮਾਂ ਦੇਣਾ, ਕਿਵੇਂ ਮਤਾ ਪਾਸ ਕਰਾਉਣਾ, ਕੀ ਕਰਨਾ ਕੀ ਨਹੀਂ ਕਰਨਾ। ਬੀਜੇਪੀ ਇਹ ਚਾਹੁੰਦੀ ਜੀ ਕਿ ਸਾਡਾ ਸਪੀਕਰ ਹੋਵੇ ਤੇ ਇੰਡੀਆ ਗੱਠਜੋੜ ਇਹ ਚਾਹੁੰਦਾ ਜੀ ਕਿ ਸਾਡਾ ਹੋਵੇ। ਇੰਡੀਆ ਵਾਲੇ ਜੇ ਚਾਹੁੰਦੇ ਆ, ਇਵੇਂ ਹੋ ਨਹੀਂ ਸਕਣਾ ਕਿਉਂਕਿ ਬਹੁਮਤ ਬੀਜੇਪੀ ਦੇ ਕੋਲੇ ਆ। ਸੋ ਇਸ ਕਰਕੇ ਇੰਡੀਆ ਗੱਠਜੋੜ ਆ ਜਿਹੜਾ, ਉਹਦੇ ਵੱਲੋਂ ਹੁਣ ਚੰਦਰ ਬਾਬੂ ਨਾਇਡੂ ਨੂੰ ਗੱਲ ਕੀਤੀ ਹੈ ਵੀ ਤੁਸੀਂ ਸਪੀਕਰ ਵਾਸਤੇ ਆਪਣਾ ਬੰਦਾ ਖੜਾ ਕਰੋ, ਅਸੀਂ ਉਹਦਾ ਸਮਰਥਨ ਕਰਾਂਗੇ। ਨਿਤੀਸ਼ ਕੁਮਾਰ ਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਡਿਪਟੀ ਸਪੀਕਰ ਵਾਸਤੇ ਬੰਦਾ ਖੜਾ ਕਰ ਲਓ, ਅਸੀਂ ਸਮਰਥਨ ਕਰਾਂਗੇ। ਯਾਨੀ ਕਿ ਜੇਕਰ ਵੋਟਾਂ ਦੇ ਨਾਲ ਚੁਣਨਾ ਤੇ ਅਸੀਂ ਜਿਹੜੀ ਵੋਟ ਆ ਉਹ ਤੁਹਾਨੂੰ ਪਾਵਾਂਗੇ। ਸੋ ਮੈਨੂੰ ਲੱਗਦਾ ਵੀ ਭਾਈ ਇਹ ਕੋਈ ਬਹੁਤਾ ਲੰਮਾ ਚੌੜਾ ਮਸਲਾ ਤਾਂ ਨਹੀਂ ਬਣੂਗਾ ਕਿਉਂਕਿ ਬੀਜੇਪੀ ਦੇ ਕੋਲੇ ਬਹੁਤ ਸਾਰੀਆਂ ਸੀਟਾਂ ਹੈਗੀਆਂ। ਬੀਜੇਪੀ ਦੇ ਕੋਲੇ ਇਸ ਵੇਲੇ ਮਹੱਤਵਪੂਰਨ ਸਾਰੀਆਂ ਫੈਸਲੇ ਵੀ ਹੈਗੇ ਆ, ਉਹਨਾਂ ਦੇ ਕੋਲੇ ਵੱਧ ਮੌਕੇ ਹੈਗੇ ਜੀ ਆਪਣੇ ਬੰਦੇ ਖੜੇ ਕਰਨ ਦੇ ਤੇ ਜਿੱਤਣ ਦੇ ਤੇ ਸਪੀਕਰ ਆਪਣਾ ਬਣਾਉਣ ਦੇ। ਪਰ ਵਕਤੀ ਤੌਰ ਦੇ ਉੱਤੇ, ਆਰਜ਼ੀ ਤੌਰ ਦੇ ਉੱਤੇ ਇਹਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਕਿ ਭਾਈ ਉਹਨਾਂ ਨੇ ਆਪਣਾ ਇਸ ਮਾਮਲੇ ਦੇ ਉੱਤੇ ਰੌਲਾ ਪਾ ਲਿਆ। ਉਹ ਰੌਲਾ ਪਾ ਲਿਆ, ਹੁਣ ਪਤਾ ਨਹੀਂ ਕਿਹੜੇ ਪਾਸੇ ਨੂੰ ਗੱਲ ਜਾਊਗੀ, ਵਕਤ ਦੱਸੂਗਾ। ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ, ਉਹਨਾਂ ਹਾਲਾਤਾਂ ਨੇ ਇਹ ਗੱਲ ਜ਼ਰੂਰ ਦੱਸਦੀ ਆ ਕਿ ਭਾਈ ਇੱਕ ਵਾਰ ਫਿਰ ਇੰਡੀਆ ਗੱਠਜੋੜ ਦੇ ਵੱਲੋਂ ਟਿੰਡ ਚੱਕਣਾ ਪਾ ਦਿੱਤਾ ਗਿਆ, ਇਸ ਮਸਲੇ ਦੇ ਉੱਤੇ ਇੱਕ ਵਾਰੀ ਫਿਰ ਖੜੋਤ ਜੀ ਆ ਗਈ ਆ। ਜੀ ਬਿਲਕੁਲ ਸਹੀ। ਤੇ ਟਾਣਾ ਸਾਹਿਬ, ਉੱਧਰ ਜਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਲੈ ਕੇ ਵੀ ਬੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਉੱਪਰ ਜਿਹੜੀ NSA 1 ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਹੈ। ਹਾਂ ਬਿਲਕੁਲ ਜੀ ਬਿਲਕੁਲ, NSA 1 ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਆ। ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਲਈ NSA ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਇਹ ਖਬਰ ਆਪਣੇ ਆਪ ਦੇ ਵਿੱਚ ਬੜੀ ਵੱਡੀ ਆ, ਬੜੀ ਵੱਖਰੀ ਆ, ਬੜੀ ਇਹਦੇ ਉੱਤੇ ਸੋਰਾ ਜਿਹੜੀ ਉਹ ਸਭ ਦੀ ਭਾਰੂ ਆ ਕਿ ਭਾਈ ਇਹ 1 ਸਾਲ ਦੇ ਲਈ ਫਿਰ ਵਾਧਾ ਕਿਉਂ ਕਰ ਦਿੱਤਾ ਗਿਆ, ਕੀ ਇਹ ਵਾਧਾ ਕਰਨਾ ਚਾਹੀਦਾ ਸੀ, ਇਹ ਵਾਧਾ ਧੱਕਾ ਤਾਂ ਨਹੀਂ ਕੀਤਾ ਗਿਆ। ਸੋ ਇਹ ਹੁਣ ਨਵੇਂ ਨਵੇਂ ਸਵਾਲ ਉੱਠੇ ਆ। ਇੱਕ ਪਾਸੇ ਇਹ ਉਹ ਵੇਲਾ ਜਦੋਂ ਅਸੀਂ ਚਾਹੁੰਦੇ ਜੀ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਵੇ, ਲੋਕਾਂ ਦਾ ਵੱਡਾ ਹਿੱਸਾ ਜਿਹੜਾ ਉਹ ਮੰਗ ਕਰ ਰਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ ਜਾਵੇ। ਪਰ ਦੂਜੇ ਪਾਸੇ ਇਹ ਖਬਰਾਂ ਆਉਣ ਲੱਗ ਪਈਆਂ ਕਿ ਭਾਈ ਇਉਂ ਨਹੀਂ, ਹੁਣ ਤਾਂ ਆਹ ਕੁਝ ਹੋਊਗਾ, ਯਾਨੀ ਕਿ 1 ਸਾਲ ਦੇ ਲਈ ਹੋਰ ਵਾਧਾ ਕਰ ਦਿੱਤਾ ਗਿਆ। ਇਹਦੇ ਉੱਤੇ ਹੁਣ ਚਰਚਾ ਚੱਲ ਪਈ ਆ, ਇਹਦੇ ਉੱਤੇ ਹੁਣ ਕੁਝ ਕੁ ਲੋਕਾਂ ਨੇ ਵਿਰੋਧ ਵੀ ਕੀਤਾ ਹੈਗਾ ਕਿਉਂਕਿ ਇਹ ਖਬਰ ਆਈ ਹੈ ਜੀ 3 ਜੂਨ ਦੀ ਵੀ 3 ਜੂਨ ਨੂੰ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੀ NSA ਦੇ ਵਿੱਚ 1 ਸਾਲ ਦਾ ਵਾਧਾ ਕੀਤਾ ਗਿਆ। ਯਾਨੀ ਕਿ ਨਤੀਜੇ ਆਉਣ ਤੋਂ ਪਹਿਲਾਂ, MP ਲਾਣੇ ਜਾਣ ਤੋਂ ਪਹਿਲਾਂ ਤੇ ਇਹ ਅੰਮ੍ਰਿਤਪਾਲ ਦੀ NSA ਦੇ ਵਿੱਚ ਵਾਧਾ ਕੀਤਾ ਗਿਆ। ਸੋ ਇਸ ਗੱਲ ਤੋਂ ਸੰਕੇਤ ਮਿਲਦਾ ਕਿ ਸਰਕਾਰ ਅੰਮ੍ਰਿਤਪਾਲ ਦੇ ਪ੍ਰਤੀ ਕੋਈ ਵੀ ਢਿੱਲ ਦੀ ਕਾਰਵਾਈ ਨਹੀਂ ਕਰਨਾ ਚਾਹੁੰਦੀ। ਇਹ ਸੰਕੇਤ ਦਿੱਤਾ ਗਿਆ ਵੀ ਭਾਵੇਂ ਤੁਸੀਂ MP ਬਣੇ ਆ ਜਾਂ ਕਿਵੇਂ ਵੀ ਆ, ਪਰ ਅਸੀਂ ਇਸ ਮਸਲੇ ਦੇ ਉੱਤੇ ਬਿਲਕੁਲ ਪਿੱਛੇ ਨਹੀਂ ਹਟਾਂਗੇ, ਅਸੀਂ ਇਸ ਮਸਲੇ ਦੇ ਉੱਤੇ ਕੁਝ ਵੀ ਪੈਰ ਪਛਾਣ ਨੂੰ ਖਿੱਚਾਂਗੇ। ਸੋ ਇਹਦਾ ਮਤਲਬ ਇਹ ਨਿਕਲਦਾ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਦੇ ਹਾਲਾਤ ਬਣੇ ਹੋਏ ਆ, ਜੇਕਰ ਮੰਨ ਲਓ ਆਉਂਦੇ ਸਮੇਂ ਦੇ ਵਿੱਚ ਮੰਨ ਲਓ ਕਿ ਭਾਈ ਅੰਮ੍ਰਿਤਪਾਲ ਰਿਹਾਅ ਨਹੀਂ ਕੀਤਾ ਜਾਂਦਾ, ਤਾਂ ਹੋ ਸਕਦਾ ਭਾਈ ਲੋਕ ਸੜਕਾਂ ਦੇ ਉੱਤੇ ਵੀ ਆ ਜਾਣ, ਕੁਝ ਹੱਦ ਤੱਕ ਇਹ ਵੀ ਸੰਭਵ ਹੈਗਾ। ਸੋ ਵਕਤ ਦੱਸੂਗਾ ਬਣਦਾ ਕੀ ਆ, ਪਰ ਨਿਯਮਾਂ ਦੇ ਮੁਤਾਬਕ ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਵਾਸਤੇ ਬਾਹਰ ਆਉਣ ਦਾ ਮੌਕਾ ਮਿਲ ਸਕਦਾ। ਉਹ ਹੁਣ ਕਦੋਂ ਮੌਕਾ ਮਿਲਦਾ, ਇਹ ਕੱਲ੍ਹ ਨੂੰ ਮਿਲਦਾ, ਇਹ ਹਫ਼ਤੇ ਨੂੰ ਮਿਲਦਾ, 4 ਦਿਨ ਨੂੰ ਮਿਲਦਾ, ਇਹ ਸਮੇਂ ਨੇ ਦੱਸਣਾ। ਪਰ ਜਿਸ ਤਰੀਕੇ ਦੇ ਨਾਲ ਉਹਦੇ ਸਾਥੀਆਂ ਦੀ ਤੇ ਅੰਮ੍ਰਿਤਪਾਲ ਦੀ NSA ਦੇ ਵਿੱਚ
ਇੱਕ ਵਰੇ ਦਾ ਵਾਧਾ ਹੋਇਆ, ਉਹਦੇ ਉੱਤੇ ਖਬਰਾਂ ਬਹੁਤ ਵੱਡੇ ਪੱਧਰ ਤੇ ਬਣੀਆਂ ਵੀ ਭਾਈ ਸਰਕਾਰ ਚਾਹੁੰਦੀ ਕੀ ਆ ਤੇ ਸਰਕਾਰ ਦੇ ਵੱਲੋਂ ਅੰਮ੍ਰਿਤਪਾਲ ਦੇ ਨਾਲ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ। ਕੀ ਬੀਜੇਪੀ ਜਾਂ ਸੂਬੇ ਦੀ ਸਰਕਾਰ ਅੰਮ੍ਰਿਤਪਾਲ ਦੇ ਪੱਖ ਦੇ ਵਿੱਚ ਨਹੀਂ? ਉਹ ਨਹੀਂ ਚਾਹੁੰਦੇ ਕਿ ਭਾਈ ਇੱਥੇ ਆਹ ਕੁਝ ਹੋਵੇ ਜੋ ਕੁਝ ਚੱਲ ਰਿਹਾ ਤੇ ਇਹਦੇ ਵਿੱਚ ਕੋਈ ਵਾਧਾ ਹੋਵੇ? ਸੋ ਇਸ ਤਰੀਕੇ ਦੀਆਂ ਚਰਚਾਵਾਂ ਦਾ ਬਾਜ਼ਾਰ ਹੁਣ ਗਰਮ ਹੈਗਾ ਜੀ। ਜੀ ਬਿਲਕੁਲ ਖਹਿਰਾ ਸਾਹਿਬ, ਉਧਰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲੈ ਕੇ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਵੀ ਰਾਹਤ ਨਹੀਂ ਮਿਲੀ, 3 ਤਰੀਕ ਤੱਕ ਹਿਰਾਸਤ ਜਿਹੜੀ ਆ ਉਹਦੇ 'ਚ ਵਾਧਾ ਹੋ ਗਿਆ। ਹਾਂ ਬਿਲਕੁਲ ਜੀ, ਇਹ ਗੱਲ ਸੱਚੀ ਹੈ ਜੀ ਕਿ ਜਿਹੜੇ ਕੇਜਰੀਵਾਲ ਹੋ ਰਹੀ ਆ ਉਹਨਾਂ ਦੀ ਹਿਰਾਸਤ ਦੇ ਵਿੱਚ ਹੋਰ ਵਾਧਾ ਹੋ ਗਿਆ, ਕਿਉਂਕਿ ਆਪਾਂ ਜਾਣਦੇ ਵੀ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਨੂੰ ਤਾਂ ਇਸ ਗੱਲ ਦੀ ਆਸ ਸੀ ਕਿ ਹੁਣ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਤੇ ਜਾਂ ਮੈਨੂੰ ਜ਼ਮਾਨਤ ਮਿਲ ਜੂਗੀ, ਮੈਨੂੰ ਬਾਹਰ ਆਉਣ ਦਾ ਮੌਕਾ ਮਿਲ ਜੂਗਾ, ਪਰ ਇਹ ਮੌਕਾ ਉਹਨਾਂ ਨੂੰ ਮਿਲਦਾ ਨਸੀਬ ਨਹੀਂ ਹੋ ਰਿਹਾ ਹਾਲੇ, ਕਿਉਂਕਿ ਇਹ ਪਤਾ ਲੱਗਾ ਜੀ ਕਿ ਉਹਨਾਂ ਦੀ ਹਿਰਾਸਤ ਦੇ ਵਿੱਚ ਵਾਧਾ ਹੋ ਗਿਆ। ਲੰਘੇ ਕੱਲ ਉਹਨਾਂ ਨੂੰ 3 ਜੁਲਾਈ ਤੱਕ ਦੇ ਲਈ ਹਿਰਾਸਤ ਦੇ ਵਿੱਚ ਹੋਰ ਰੱਖਣ ਦੀ ਗੱਲ ਕਹੀ ਗਈ ਆ, ਯਾਨੀ ਕਿ 3 ਜੁਲਾਈ ਤੱਕ ਦਾ ਵਾਧਾ ਹੋ ਗਿਆ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਰ ਚੁਣੌਤੀ ਆ ਰਹੀ ਆ, ਇਹ ਕੋਈ ਛੋਟੀ ਗੱਲ ਨਹੀਂ। ਤੁਸੀਂ ਦੇਖੋ ਵੀ ਇਸ ਤੋਂ ਪਹਿਲਾਂ ਕਿੰਨੀਆਂ ਵੱਡੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਦਿੱਲੀ ਦੇ ਵਿੱਚ ਲੋਕ ਸਭਾ ਦੀਆਂ 7 ਸੀਟਾਂ, ਸੱਤਾਂ ਦੇ ਵਿੱਚੋਂ ਇੱਕ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੀ ਤੇ ਬੀਜੇਪੀ ਨੂੰ 7 ਮਿਲ ਗਈਆਂ, ਇੱਕ ਇਹ ਚੁਣੌਤੀ। ਦੂਜੀ ਗੱਲ ਸਵਾਤੀ ਮਾਲੀਵਾਲ ਵਾਲੀ, ਸਵਾਤੀ ਮਾਲੀਵਾਲ ਜਿਹੜੀ ਆਪਾਂ ਜਾਣਦੇ ਹਾਂ ਕਿ ਉਹਨੇ ਕੇਜਰੀਵਾਲ ਦੇ ਪੀਏ ਦੇ ਉੱਤੇ ਦੋਸ਼ ਲਾਏ ਆ। ਤੀਜੀ ਗੱਲ ਇਹ ਆ ਜਿਸ ਤਰੀਕੇ ਦੇ ਹਾਲਾਤ ਬਣੇ ਆ ਵੀ ਇਸ ਵੇਲੇ ਕੇਜਰੀਵਾਲ ਹੋਰਾਂ ਨੂੰ ਆਸ ਸੀ ਵੀ ਭਾਈ ਮੈਂ ਬਾਹਰ ਆ ਜਾਊਂਗਾ, ਪਰ ਬਾਹਰ ਆਉਣ ਦਾ ਮੌਕਾ ਨਹੀਂ ਮਿਲ ਰਿਹਾ। ਚੌਥੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦਾ ਪੂਰੇ ਇੰਡੀਆ ਦੇ ਵਿੱਚ ਹਾਲਤ ਬਹੁਤ ਵਧੀਆ ਨਹੀਂ ਹੈਗੀ, ਉਹਨਾਂ ਦਾ ਹਾਲ ਮਾੜਾ ਹੋ ਰਿਹਾ। ਸੋ ਇਹ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਸਭ ਕੁਝ ਠੀਕ ਨਹੀਂ ਆ, ਚੁਣੌਤੀ ਦਰ ਚੁਣੌਤੀ ਆ, ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਤਾ ਨਹੀਂ ਵੀ ਆਉਂਦੇ ਸਮੇਂ ਦੇ ਵਿੱਚ ਕਿਹੜਾ ਮੂਡ ਕੱਟਿਆ ਜਾਊਗਾ। ਜੀ ਬਿਲਕੁਲ ਸਹੀ। ਚਲੋ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਜਲੰਧਰ ਵਾਲੀ ਜ਼ਿਮਨੀ ਚੋਣ ਦੀ, ਇਹਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਕਹਿੰਦੇ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਜਲੰਧਰ ਸੀਟ ਦੇ ਲਈ ਸਿਰ ਤੋੜ ਯਤਨ ਕਰਨੇ ਸ਼ੁਰੂ ਕਰ ਦਿੱਤੇ ਨੇ। ਹਾਂ ਬਿਲਕੁਲ ਜੀ, ਦੇਖੋ ਇੱਕ ਤਾਂ ਜਾਣਕਾਰੀ ਇਹ ਆ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਦਾਅਵੇਦਾਰ ਆ ਜਿਹੜੇ ਉਹ 18-19 ਜਣੇ ਸੀ, ਉਹਨਾਂ ਦੇ ਵਿੱਚੋਂ ਇੱਕ ਨੂੰ ਹੁਣ ਮੌਕਾ ਮਿਲੇਗਾ। ਬੀਬੀ ਸੁਰਿੰਦਰ ਕੌਰ ਨੂੰ ਕਾਂਗਰਸ ਨੇ ਵੀ ਆਪਣੀ ਉਮੀਦਵਾਰ ਐਲਾਨ ਦਿੱਤਾ। ਚਲੋ ਜੀ, ਹੁਣ ਮਤਲਬ ਕਹਿਣ ਦਾ ਇਹ ਆ ਵੀ 3 ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਗਏ ਆ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਮੁਕਾਬਲਾ ਹੋਣਾ, ਆਮ ਆਦਮੀ ਪਾਰਟੀ, ਕਾਂਗਰਸ ਤੇ ਬੀਜੇਪੀ। ਇਹ 3 ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਆ। ਚੌਥਾ ਹੁਣ ਅਕਾਲੀ ਦਲ ਐਲਾਨ ਦਾ ਨਹੀਂ ਐਲਾਨ ਦਾ ਇਸ ਸਮੇਂ ਨੇ ਬਿਆਨ ਕਰਨਾ, ਪਰ ਗੱਲ ਇਹ ਵੀ ਲੋਕਾਂ ਲਈ ਵੀ ਇਸ ਵੇਲੇ ਉਤਸੁਕਤਾ ਵਧੀ ਹੋਈ ਹੈ ਵੀ ਭਾਈ ਕੌਣ ਕਿਹਨੂੰ ਹਰਾਊਗਾ, ਕੌਣ ਕਿਹਨੂੰ ਜਿਤਾਊਗਾ। ਪਰ ਅਕਾਲੀ ਦਲ ਚੁੱਪ ਆ ਤੇ ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਿਰ ਤੋੜ ਯਤਨ ਕੀਤੇ ਜਾਣੇ ਆ। ਜਿਹੜੀ ਸੁਰਿੰਦਰ ਕੌਰ ਬੀਬੀ ਨੂੰ ਐਲਾਨਿਆ ਕਾਂਗਰਸ ਨੇ ਉਮੀਦਵਾਰ, ਇਹ ਸਾਬਕਾ ਡਿਪਟੀ ਮੇਅਰ ਆ, ਕਈ ਵਾਰ ਹੁਣ ਤੱਕ ਕੌਂਸਲਰ ਬਣ ਚੁੱਕੇ ਆ ਤੇ ਇਹਨਾਂ ਦੇ ਉੱਤੇ ਭਰੋਸਾ ਪ੍ਰਗਟਾਇਆ ਹੈਗਾ ਜੀ ਕਾਂਗਰਸ ਨੇ। ਸ਼ੀਤਲ ਅੰਗਰਾਲ ਦੇ ਉੱਤੇ ਭਰੋਸਾ ਪ੍ਰਗਟਾਇਆ ਬੀਜੇਪੀ ਨੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਬੀਜੇਪੀ ਆ ਜਿਹੜੀ ਉਹ ਇਸ ਵੇਲੇ ਚਾਹੁੰਦੀ ਹੈ ਜੀ ਕਿ ਇਹ ਸੀਟ ਸਾਡੀ ਝੋਲੀ ਦੇ ਵਿੱਚ ਪੈ ਜੇ, ਤੇ ਸ਼ੀਤਲ ਅੰਗਰਾਲ ਦੇ ਵੱਲੋਂ ਸੀਟ ਵਿਹਲੀ ਕਰਨ ਦੇ ਕਰਕੇ ਹੀ ਇੱਥੇ ਜ਼ਿਮਨੀ ਚੋਣ ਹੋ ਰਹੀ ਆ। ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਹੁੰਦੇ ਸਨ। ਉਧਰ ਮਹਿੰਦਰ ਭਗਤ ਜਿਨ੍ਹਾਂ ਨੇ ਕਿ ਜਲੰਧਰ ਦੀ ਜ਼ਿਮਨੀ ਚੋਣ ਦੇ ਮੌਕੇ ਜਦੋਂ ਰਿੰਕੂ ਜਿੱਤਿਆ ਸੀ ਉਦੋਂ ਪਾਰਟੀ ਬਦਲ ਕੇ ਤੇ ਆਮ ਆਦਮੀ ਪਾਰਟੀ 'ਚ ਦਾਖਲਾ ਲਿਆ ਸੀਗਾ ਤੇ ਉਸ ਵੇਲੇ ਜਿੱਤ ਗਏ ਸੀਗੇ ਤੇ ਉਹ ਵੀ ਹੁਣ ਪਾਰਟੀ ਬਦਲ ਕੇ ਬੀਜੇਪੀ ਦੇ ਵਿੱਚ ਆਏ ਹੋਏ ਆ। ਸੋ ਇਹ ਹੈ ਜੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਚਾਹੁੰਦੀ ਜੀ ਕਿ ਸਾਡੀ ਇੱਜ਼ਤ ਬਣੀ ਰਹੇ, ਕਿਉਂਕਿ ਜਿਹੜੀਆਂ 13 ਚੋਂ 3 ਸੀਟਾਂ ਮਿਲੀਆਂ ਤੇ ਆਮ ਆਦਮੀ ਪਾਰਟੀ ਦੀ ਕਿਰਕਿਰੀ ਬਹੁਤ ਹੋਈ ਆ, ਉਹ ਇਸ ਕਿਰਕਿਰੀ ਨੂੰ ਭੁਲਾ ਕੇ ਤੇ ਅੱਗੇ ਵਧਣਾ ਚਾਹੁੰਦੇ ਆ। ਦੂਜੀ ਗੱਲ ਇਹ ਆ ਵੀ ਇਸ ਵੇਲੇ ਜਿਹੜੀ ਮਹੱਤਵਪੂਰਨ ਆ ਉਹ ਕਾਂਗਰਸ ਇਹ ਚਾਹੁੰਦੀ ਜੀ ਕਿ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਲੰਧਰ ਤੋਂ ਸਾਡਾ MP ਬਣਿਆ
ਤੇ ਵਿਧਾਇਕ ਵੀ ਇੱਥੇ ਸਾਡਾ ਬਣ ਜੇ। ਇਹ ਸੀਟ ਪੇਂਡੂ ਭਾਈਚਾਰੇ ਵਾਲੀ ਨਹੀਂ ਆ, ਇਹ ਸੀਟ ਦੇ ਉੱਤੇ ਕਹਿ ਦਈਏ ਅਕਾਲੀ ਦਲ ਦੀ ਵੋਟ ਹੋਊਗੀ, ਇਹ ਕੋਈ ਬਹੁਤੀ ਨਹੀਂ ਹੈ, ਨਾ ਮਾਤਰ ਹੀ ਆ। ਕਿਉਂਕਿ ਮੈਂ ਦਾਅਵੇ ਨਾਲ ਕਹਿੰਦਾ ਵੀ ਜੇਕਰ ਇੱਥੇ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਕੀਤਾ, ਉਹਨਾਂ ਦੀ ਝੋਲੀ ਦੇ ਵਿੱਚ ਸ਼ਾਇਦ ਜ਼ਮਾਨਤ ਜ਼ਬਤ ਹੋਣਾ ਵੀ ਪੈ ਜੇ। ਇਸ ਕਰਕੇ ਉਹਨਾਂ ਨੂੰ ਤਾਂ ਸੋਚ ਵਿਚਾਰ ਕਰਨੀ ਪਊਗੀ ਇਸ ਮਸਲੇ ਦੇ ਉੱਤੇ। ਪਰ ਮੁੱਖ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ, ਕਾਂਗਰਸ ਤੇ ਬੀਜੇਪੀ ਦਾ ਹੀ ਆ। ਉਦਾਂ ਬਸਪਾ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਵੀ ਆਪਣੇ ਬੰਦੇ ਦਾ ਐਲਾਨ ਕਰਨਾ ਜੀ। ਜੀ ਤੇ ਪਹਿਲਾਂ ਸਾਹਿਬ, ਪਰ ਜਿਹੜੀ ਇਹ ਕਮੇਟੀ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਚੋਣ ਦੇ ਲਈ, ਜਿਹੜੀ ਇਹ ਕਮੇਟੀ ਬਣਾਈ ਗਈ ਹੈ, ਇਹਦਾ ਕੋਈ ਲਾਭ ਹੋਊਗਾ ਉਹਨਾਂ ਨੂੰ ਕਿ ਨਹੀਂ, ਕੀ ਲੱਗਦਾ? ਦੇਖੋ, ਮੈਨੂੰ ਤਾਂ ਲੱਗਦਾ ਵੀ ਟਾਈਮ ਟਪਾਉਣ ਵਾਲੀ ਗੱਲ ਆ, ਕਿਉਂਕਿ ਕੱਲ ਨੂੰ ਆਖਰੀ ਦਿਨ ਆ। ਅੱਜ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ, 20 ਤਰੀਕ ਆ, 21 ਤਰੀਕ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਆ, ਤੇ ਅਕਾਲੀ ਦਲ ਜੇ 21 ਤੱਕ ਮੀਟਿੰਗਾਂ ਕਰੀ ਜਾਊਗਾ, ਉਹਨਾਂ ਨੇ ਪਹਿਲੇ ਕੀ ਪੈਣਾ? ਸੋ ਇਹ ਆ ਜੀ ਕਿ ਇਸ ਵੇਲੇ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਆ। ਤੁਸੀਂ ਦੇਖੋ ਵੀ ਪਿਛਲੇ ਕਈ ਦਿਨਾਂ ਤੋਂ ਸੁਖਬੀਰ ਬਾਦਲ ਨੂੰ ਕਿਹੋ ਜਿਹੇ ਸਵਾਲ ਹੋ ਰਹੇ ਆ, ਚਰਨਜੀਤ ਬਰਾੜ ਨੇ ਕਿਹੋ ਜਿਹੇ ਸਵਾਲ ਕੀਤੇ ਆ, ਹੋਰ ਕਈ ਸ਼ਖਸੀਅਤਾਂ ਨੇ ਕਿਹੋ ਜਿਹੇ ਸਵਾਲ ਕੀਤੇ ਆ। ਸੋ ਮੈਨੂੰ ਲੱਗਦਾ ਨਹੀਂ ਜੇ ਕਿ ਉਹਨਾਂ ਦੀ ਝੋਲੀ ਦੇ ਵਿੱਚ ਕੁਝ ਪਊਗਾ, ਜਾਂ ਉਹ ਸੀਰੀਅਸ ਤੌਰ ਦੇ ਉੱਤੇ ਚੋਣ ਲੜਨ ਦੇ ਚਾਹਵਾਨ ਵੀ ਆ। ਮੈਨੂੰ ਤਾਂ ਇਹ ਵੀ ਲੱਗਦਾ ਵੀ ਉਹ ਵੀ ਹੁਣ ਮੰਨੀ ਬੈਠੇ ਆ ਵੀ ਜੇਕਰ ਅਸੀਂ ਇੱਥੇ ਚੋਣ ਲੜਦੇ ਹਾਂ ਤਾਂ ਸਾਡੀ ਝੋਲੀ ਦੇ ਵਿੱਚ ਪੈਣਾ ਕੁਝ ਨਹੀਂ ਗਾ, ਐਵੇਂ ਬਦਨਾਮੀ ਵਾਲੀ ਗੱਲ ਹੈਗੀ ਆ। ਕਿਉਂਕਿ ਹੁਣ ਇਹਨਾਂ ਨੇ ਇੱਕ ਸੀਟ ਜਿੱਤੀ ਆ ਆ ਲੋਕ ਸਭਾ ਦੇ ਵਿੱਚ ਬਠਿੰਡੇ ਵਾਲੀ, ਤੇ ਬਾਕੀ ਸਾਰੀਆਂ ਜਿਹੜੀਆਂ ਸੀਟਾਂ ਹੈਗੀਆਂ 10 ਸੀਟਾਂ ਉੱਥੇ ਤਾਂ ਜ਼ਮਾਨਤਾਂ ਜ਼ਬਤ ਹੋਈਆਂ। ਇਹ ਬਹੁਤ ਵੱਡੀ ਗੱਲ ਆ, ਇਹ ਰੌਲਾ ਹੋਰ ਆ ਵਿੱਚੋਂ ਮੰਨਦੇ ਹੋਰ ਆ, ਤੇ ਵਿਹਨੇ ਭਾਈ ਅਕਾਲੀ ਦਲ ਦਾ ਹਾਲ ਜਿਹੜਾ ਮੰਦੜਾ ਹੋ ਗਿਆ, ਇਹਦੇ ਵਿੱਚੋਂ ਇਹਨਾਂ ਨੂੰ ਬਾਹਰ ਨਿਕਲਣ ਦਾ ਉੱਭਰਨ ਦਾ ਮੌਕਾ ਕਦੋਂ ਮਿਲਦਾ ਤੇ ਕਿਵੇਂ ਮਿਲਦਾ? ਪਰ ਇਹ ਬੜੀ ਅਚੰਭੇ ਵਾਲੀ ਗੱਲ ਆ ਵੀ ਅਕਾਲੀ ਦਲ ਤੁਰਿਆ ਕਿੱਥੋਂ ਤੇ ਪਹੁੰਚ ਕਿੱਥੇ ਗਿਆ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿੰਦਾ ਸਾਹਿਬ। ਖੈਰ, ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ। ਕਹਿੰਦੇ ਸ਼ਹੀਦ ਦੇ ਘਰ ਪਹੁੰਚੇ ਨੇ ਤੇ 1 ਕਰੋੜ ਰੁਪਏ ਦਾ ਚੈੱਕ ਉਹਨਾਂ ਨੂੰ ਦਿੱਤਾ ਜੀ ਪਰਿਵਾਰਕ ਜੀਆਂ ਨੂੰ। ਬਿਲਕੁਲ ਜੀ ਬਿਲਕੁਲ, ਪਿਛਲੇ ਕੁਝ ਸਮੇਂ ਦੇ ਵਿੱਚ ਨਾ ਪੰਜਾਬ ਦੇ ਕਈ ਜਿਹੜੇ ਫੌਜੀ ਜਵਾਨ ਆ ਉਹ ਔਨ ਡਿਊਟੀ ਸ਼ਹੀਦ ਹੋਏ ਆ। ਸੋ ਉੱਧਰ ਸੀ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਚੋਣ ਜ਼ਾਬਤਾ ਲੱਗਾ 2-2.5 ਮਹੀਨੇ, ਇਸ ਕਰਕੇ ਕਿਸੇ ਦੇ ਘਰ ਦੇ ਵਿੱਚ ਭਗਵੰਤ ਮਾਨ ਹੋਰੀ ਕਹਿੰਦੇ ਵੀ ਜਾਇਆ ਨਹੀਂ ਗਿਆ। ਹੁਣ ਉਹਨਾਂ ਦੇ ਵੱਲੋਂ ਇਹ ਸਿਲਸਿਲਾ ਫੇਰ ਸ਼ੁਰੂ ਕੀਤਾ ਗਿਆ। ਪਤਾ ਇਹ ਲੱਗਾ ਵੀ ਭਗਵੰਤ ਮਾਨ ਹੋਰੀਆਂ ਜਿਹੜੇ ਉਹ ਪਹੁੰਚੇ ਆ ਜੀ ਸ਼ਹੀਦਾਂ ਦੇ ਘਰ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਚੈੱਕ ਦਿੱਤਾ, ਤੇ ਇਹ ਗੱਲ ਕਹੀ ਆ ਕਿ ਭਾਈ ਔਖੇ ਵੇਲੇ ਦੇ ਵਿੱਚ ਅਸੀਂ ਤੁਹਾਡੇ ਨਾਲ, ਤੁਹਾਡੀਆਂ ਜਜ਼ਬਾਤ ਨੂੰ ਅਸੀਂ ਸਮਝਦੇ ਹਾਂ, ਤੁਸੀਂ ਕੀ ਇਸ ਵੇਲੇ ਮਹਿਸੂਸ ਕਰਦੇ ਹੋਵੋਗੇ, ਸੂਬੇ ਦੀ ਸਰਕਾਰ ਤੁਹਾਡੇ ਨਾਲ ਆ, ਤੁਹਾਡੇ ਪੁੱਤ ਦੇ ਉੱਤੇ, ਤੁਹਾਡੇ ਭਰਾ ਦੇ ਉੱਤੇ, ਤੁਹਾਡੇ ਬੱਚੇ ਦੇ ਉੱਤੇ ਪੂਰੇ ਦੇਸ਼ ਨੂੰ ਮਾਣ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ, ਦੇਸ਼ ਦੀ ਇੱਜ਼ਤ ਬਚਾਈ ਆ, ਸੂਬੇ ਦੀ ਇੱਜ਼ਤ ਬਚਾਈ ਆ। ਸੋ ਉਹਨਾਂ ਨੇ ਧੰਨਵਾਦ ਕੀਤਾ ਉਹਨਾਂ ਮਾਵਾਂ ਦਾ ਜਿਹੜੀਆਂ ਇਹੋ ਜਿਹੇ ਪੁੱਤ ਪੈਦਾ ਕਰਦੀਆਂ। ਉਹਨਾਂ ਨੇ ਕਿਹਾ ਜੀ ਕਿ ਸਾਡੀ ਸਰਕਾਰ ਆ ਜਿਹੜੀ ਜੇ ਭਵਿੱਖ ਦੇ ਵਿੱਚ ਕਿਤੇ ਵੀ ਲੋੜ ਪੈਂਦੀ ਆ ਉਹ ਤੁਹਾਡੇ ਨਾਲ ਖੜੀ ਆ, ਤੇ ਨਾਲ ਹੀ ਉਹਨਾਂ ਨੇ ਪਤਾ ਲੱਗਾ ਵੀ 1 ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਜੀ। ਜੀ ਜਿਹੜਾ ਸਾਹਿਬ ਮੌਨਸੂਨ ਆਉਣ ਵਾਲਾ ਹੈ, ਮੀਂਹ ਦਾ ਮੌਸਮ ਆਉਣ ਵਾਲਾ ਹੈ, ਔਰ ਕਹਿੰਦੇ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਜਿਹੜੀ ਹੈ ਉਹ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਭਗਵੰਤ ਮਾਨ ਹੋਰਾਂ ਨੇ ਘੱਗਰ ਦਰਿਆ ਦਾ ਜਾਇਜ਼ਾ ਲਿਆ ਜੀ। ਹਾਂ ਬਿਲਕੁਲ ਜੀ ਬਿਲਕੁਲ, ਭਗਵੰਤ ਮਾਨ ਹੋਰਾਂ ਨੇ ਲੰਘੇ ਕੱਲ ਘੱਗਰ ਦਰਿਆ ਦਾ ਜਾਇਜ਼ਾ ਲਿਆ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਅਸੀਂ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਅਗਾਊਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਹੁਣ ਅਗਾਊਂ ਪ੍ਰਬੰਧ ਕਿਹੜੇ ਰੂਪ ਦੇ ਵਿੱਚ ਹੋਣਗੇ ਤੇ ਕੀ ਬਣੂਗਾ ਕੀ ਨਹੀਂ ਇਹ ਸਮਾਂ ਦੱਸੂਗਾ। ਪਰ ਗੱਲ ਇਹ ਆ ਵੀ ਭਗਵੰਤ ਮਾਨ ਹੋਰਾਂ ਨੇ 2 ਟੋਕੇ ਗੱਲ ਕਹੀ ਆ ਕਿ ਅਸੀਂ ਸੂਬੇ ਦੇ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਇਹ ਗੱਲ ਸੱਚ ਆ ਕਿ ਸਾਉਣ ਭਾਦੋ ਦੇ ਮਹੀਨਿਆਂ ਦੇ ਵਿੱਚ ਤੇ ਸਾਰੇ ਪਾਸੇ ਜਦੋਂ ਮੀਂਹ ਬਹੁਤ ਪੈਂਦਾ ਪੰਜਾਬ ਦੇ ਵਿੱਚ, ਤੇ ਐਤਕੀ ਵੀ ਬਹੁਤ ਪੈਣਾ ਕਹਿੰਦੇ, ਜਦੋਂ ਹੁਣ ਮੀਂਹ ਬਹੁਤ ਪੈਣਾ ਤੇ ਕਈ ਦਰਿਆਵਾਂ ਦੇ ਵਿੱਚ ਪਾੜ ਪੈ ਜਾਂਦੇ ਆ, ਕਈ ਨਦੀਆਂ ਨਹਿਰਾਂ ਸੂਏ ਉੱਛਲ ਜਾਂਦੇ ਆ, ਜਿਹਦੇ ਕਰਕੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਆ, ਜਿਹਦੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ,
ਛੱਤਾਂ ਤੱਕ ਕਈ ਥਾਵਾਂ ਤੇ ਪਾਣੀ ਪਹੁੰਚ ਜਾਂਦਾ ਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਾਫੀ ਹੋ ਜਾਂਦਾ, ਜਿਵੇਂ ਕਿ ਜਾਨੀਆਂ ਪਿੰਡ ਦੇ ਵਿੱਚ ਤੇ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਕੁਝ ਕੁ ਸਾਲ ਪਹਿਲਾਂ ਹੋਇਆ ਸੀ। ਸੋ ਭਗਵੰਤ ਮਾਨ ਦੇ ਵੱਲੋਂ ਘੱਗਰ ਦਰਿਆ ਦਾ ਜਾਇਜ਼ਾ ਲਿਆ ਗਿਆ। ਹਾਲਾਂਕਿ ਲੋਕਾਂ ਦੀ ਮੰਗ ਇਹ ਆ ਵੀ ਵੇਲੇ ਸਿਰ ਇਹ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ, ਤੁਸੀਂ ਲੇਟ ਲਤੀਫੀ ਦੇ ਸ਼ਿਕਾਰ ਹੋ ਜਾਂਦੇ ਆ, ਪਰ ਵੇਖਦੇ ਭਾਈ ਐਤਕੀ ਕੀ ਬਣਦਾ। ਹਾਂ ਇਹ ਜ਼ਰੂਰ ਹੈ ਜੀ ਕਿ ਜੁਲਾਈ ਮਹੀਨੇ ਦੇ ਵਿੱਚ ਐਤਕੀ ਬਹੁਤ ਜ਼ਿਆਦਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਆ। ਇਹ ਗੱਲ ਕਹੀ ਗਈ ਆ ਕਿ ਆਮ ਵਰ੍ਹਿਆਂ ਦੇ ਨਾਲੋਂ ਐਤਕੀ ਮੀਂਹ ਵੱਧ ਪੈਣੇ ਆ। ਸੋ ਜੇਕਰ ਮੀਂਹ ਵੱਧ ਪੈਣੇ ਆ ਤਾਂ ਮਤਲਬ ਇਹ ਆ ਵੀ ਦਰਿਆ ਟੁੱਟਣੇ ਵੀ ਵੱਧ ਆ, ਇਹਦਾ ਮਤਲਬ ਇਹ ਕਿ ਲੋਕ ਡੁੱਬਣੇ ਵੀ ਵੱਧ ਆ, ਇਹਦਾ ਮਤਲਬ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਸੰਕਟ ਵਧੂਗਾ। ਸੋ ਇਸ ਸੰਕਟ ਦੇ ਮੱਦੇਨਜ਼ਰ ਸੂਬੇ ਦੀ ਸਰਕਾਰ ਕਹਿੰਦੀ ਵੀ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜੀ। ਜੀ ਬਿਲਕੁਲ ਜਨਰਲ ਸਾਹਿਬ, ਉੱਧਰ ਦੂਸਰੇ ਬੰਨੇ ਜਿੰਨੀ ਜ਼ਿਆਦਾ ਗਰਮੀ ਇਸ ਵੇਲੇ ਪੰਜਾਬ ਦੇ ਵਿੱਚ ਪੈ ਰਹੀ ਹੈ, ਲੋਕ ਜ਼ਿਆਦਾਤਰ ਹਿਮਾਚਲ ਵੱਲ ਨੂੰ ਜਾ ਰਹੇ ਨੇ, ਪਰ ਹਿਮਾਚਲ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਕਿਤੇ ਤਾਂ ਵੀਡੀਓ ਆਉਂਦੀ ਹੈ ਸਾਹਮਣੇ ਕਿ ਖੜੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ, ਕਿਤੇ ਲੜਾਈ ਝਗੜੇ ਦੀ ਵੀਡੀਓ, ਕਿਤੇ ਕੁਛ ਕਿਤੇ ਕੁਛ। ਪਰ ਹੁਣ ਉੱਥੋਂ ਦੇ ਜਿਹੜੇ DGP ਹੈ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ, ਉਹ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਹਿਮਾਚਲ ਨੂੰ ਸਿਰਫ ਤੇ ਸਿਰਫ ਬਦਨਾਮ ਕੀਤਾ ਜਾ ਰਿਹਾ। ਹਾਂ ਬਿਲਕੁਲ ਜੀ, ਦੇਖੋ ਇੱਕ ਨਾ ਹੋਰ ਵੀਡੀਓ ਸਾਹਮਣੇ ਆਈ ਆ, ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਖੜੀਆਂ ਗੱਡੀਆਂ ਜਿਹੜੀਆਂ ਹੋਟਲ ਦੇ ਸਾਹਮਣੇ ਗੱਡੀਆਂ ਖੜੀਆਂ, ਉਹਨਾਂ ਦੇ ਸ਼ੀਸ਼ੇ ਭੰਨੇ ਗਏ ਆ। ਤੇ ਇੱਕ ਬੰਦਾ ਇਹ ਗੱਲ ਕਹਿੰਦਾ ਵੀ ਭਾਈ ਆ ਦੇਖੋ ਹਿਮਾਚਲ ਪ੍ਰਦੇਸ਼ ਦੇ ਵਿੱਚ ਗੁੰਡਾਗਰਦੀ ਫੇਰ ਹੋਈ ਆ, ਹਿਮਾਚਲ ਦੇ ਲੋਕ ਪੰਜਾਬੀਆਂ ਨੂੰ ਨਫ਼ਰਤ ਨਹੀਂ ਕਰਦੇ ਆ, ਉਹਨਾਂ ਨੇ ਦੇਖੋ ਜੀ ਆਹ ਸਾਰਾ ਕੁਝ ਭੰਨ ਦਿੱਤਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਉਹ ਕੁਛ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰ ਰਹੇ ਆ। ਪਰ ਇਸ ਗੱਲ ਦੇ ਵਿੱਚ ਸੱਚਾਈ ਨਹੀਂ ਆ, ਸੱਚਾਈ ਇਹ ਆ ਉੱਥੋਂ ਦੇ DGP ਨੇ ਕਿਹਾ ਕਿ ਭਾਈ ਕੁਝ ਕੁ ਸ਼ਰਾਰਤੀ ਲੋਕ ਆ ਜਿਹੜੇ ਉਹ ਹਿਮਾਚਲ ਨੂੰ ਬਦਨਾਮ ਕਰ ਰਹੇ ਆ। ਹਿਮਾਚਲ ਟੂਰਿਸਟ ਦੀ ਧਰਤੀ ਆ, ਹਿਮਾਚਲ ਦੇ ਵਿੱਚ ਆਉਣ ਵਾਲਿਆਂ ਦਾ ਅਸੀਂ ਸਭ ਦਾ ਸਵਾਗਤ ਕਰਦੇ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਗੱਲਾਂ ਕੁਝ ਕੁ ਸ਼ਰਾਰਤਾਂ ਦੇ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਵੀ ਹਿਮਾਚਲ ਦੇ ਵਿੱਚ ਆਹ ਕੁਝ ਹੋ ਰਿਹਾ। ਉਹ ਕਹਿੰਦੇ ਵੀ ਦੇਖੋ ਅਸਲ ਦੇ ਵਿੱਚ ਇੱਥੇ ਇੱਕ ਹੋਟਲ ਦੇ ਵਿੱਚ ਆ ਪਠਾਨਕੋਟ ਦੇ ਸੁਜਾਨਪੁਰ ਵੱਲ ਦੇ 3-4 ਜਾਣੇ ਆਏ, ਉਹਨਾਂ ਨੇ ਕਮਰਾ ਮੰਗਿਆ, ਕਮਰਾ ਫੁੱਲ ਸੀਗੇ ਸਾਰੇ, ਕਮਰਾ ਮਿਲਿਆ ਨਹੀਂ। ਫਿਰ ਉਹਨਾਂ ਨੂੰ ਸਾਰੀ ਰਾਤ ਆ ਜਿਹੜੀ ਉਹ ਪਾਰਕ ਦੇ ਵਿੱਚ ਜਾਂ ਬੈਠ ਕੇ ਬਾਹਰ ਕੱਢਣੀ ਪਈ ਆ। ਉਹ ਗੁੱਸੇ ਦੇ ਵਿੱਚ ਫਿਰ ਜਾਂਦੇ ਜਾਂਦੇ ਕਈ ਗੱਡੀਆਂ ਦੇ ਸ਼ੀਸ਼ੇ ਭੰਨ ਗਏ ਆ, ਤੇ ਪ੍ਰਚਾਰ ਹੁਣ ਇਹ ਕੀਤਾ ਜਾ ਰਿਹਾ ਵੀ ਭਾਈ ਹਿਮਾਚਲ ਦੇ ਲੋਕ ਆ ਜਿਹੜੇ ਤੇ ਭਾਈ ਇਸ ਤਰੀਕੇ ਨਾਲ ਗੱਡੀਆਂ ਨੂੰ ਭੰਨੀ ਜਾਂਦੇ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਆ। ਉਹਨਾਂ ਨੇ ਕਿਹਾ ਜੀ ਕਿ ਇਹਨਾਂ ਗੱਲਾਂ ਤੋਂ ਗੁਰੇਜ਼ ਕਰੋ, ਇਹ ਗੱਲਾਂ ਅਫਵਾਹਾਂ ਦੇ ਰੂਪ ਦੇ ਵਿੱਚ ਨਾ ਫੈਲਾਓ, ਉਹਨਾਂ ਨੇ ਇਹ ਗੱਲ ਆਖੀ ਹੈ ਜੀ। ਜੀ ਜਨਰਲ ਸਾਹਿਬ, ਕੇਂਦਰ ਸਰਕਾਰ ਨੇ ਕਹਿੰਦੇ 14 ਫਸਲਾਂ ਦੇ ਉੱਪਰ MSP ਜਿਹੜੀ ਉਹ ਵਧਾਈ ਹੈ ਜੀ, ਕਿਹੜੀਆਂ ਫਸਲਾਂ ਨੇ? ਇਹ ਜੀ ਦੇਖੋ ਪੰਜਾਬ ਦੇ ਵਿੱਚ ਆਪਾਂ ਮੁੱਖ ਤੌਰ ਤੇ ਝੋਨੇ ਦੀ ਫਸਲ ਮੰਨਦੇ ਹੁਣ, ਤੇ ਝੋਨੇ ਦੀ ਫਸਲ ਦੇ ਉੱਤੇ ਵੀ MSP ਵਧੀ ਆ, ਤੇ ਝੋਨੇ ਸਮੇਤ 14 ਫਸਲਾਂ ਦੇ ਉੱਤੇ ਸਰਕਾਰ ਨੇ MSP ਦੇ ਵਿੱਚ ਵਾਧਾ ਕੀਤਾ। ਹਾਲਾਂਕਿ ਇਹ ਸਰਕਾਰ ਦੱਸੂਗੀ ਜਾਂ ਕਿਸਾਨ ਦੱਸਣਗੇ ਕਿ ਭਾਈ ਉਹ ਇਸ ਵਾਧੇ ਦੇ ਨਾਲ ਸੰਤੁਸ਼ਟ ਆ ਜਾਂ ਨਹੀਂ। ਹਾਲੇ ਤੱਕ ਵੇਰਵਾ ਤਾਂ ਕੋਈ ਨਹੀਂ ਆਇਆ, ਪਰ ਮੇਰਾ ਖਿਆਲ ਆ ਵੀ ਕੁਝ ਕੁ ਸਮੇਂ ਤੱਕ, ਕੁਝ ਕੁ ਘੰਟਿਆਂ ਤੱਕ ਵੇਰਵੇ ਵੀ ਸਾਹਮਣੇ ਆ ਜਾਣੇ ਆ। ਇਹ ਜਿਹੜੀਆਂ 14 ਫਸਲਾਂ, ਉਹਦੇ ਵਿੱਚ ਮੂੰਗੀ ਵੀ ਆ, ਉਹਦੇ ਵਿੱਚ ਉੜਦ ਦੀ ਦਾਲ ਵੀ ਆ, ਉਹਦੇ ਵਿੱਚ ਸੂਰਜਮੁਖੀ ਵੀ ਆ, ਉਹਦੇ ਵਿੱਚ ਕਪਾਹ ਵੀ ਆ, ਉਹਦੇ ਵਿੱਚ ਕਈ ਹੋਰ ਫਸਲਾਂ ਵੀ ਆ। ਤੇ ਇਹ ਗੱਲ ਕਹੀ ਗਈ ਆ ਵੀ ਭਾਈ ਕੇਂਦਰ ਦੀ ਸਰਕਾਰ ਆ ਜਿਹੜੀ, ਉਹਦੇ ਵੱਲੋਂ ਬੜਾ ਮਹੱਤਵਪੂਰਨ ਫੈਸਲਾ ਕਿਸਾਨੀ ਵਾਸਤੇ ਕੀਤਾ ਗਿਆ, ਜਿਨ੍ਹਾਂ ਨੇ ਕਿ ਦੇਖੋ ਇਹਨੇ ਵੱਡੇ ਪੱਧਰ ਦੇ ਉੱਤੇ MSP ਵਧਾਈ ਆ। ਸੋ ਵੇਖਦੇ ਭਾਈ ਕੀ ਬਣਦਾ, ਪਰ ਗੱਲ ਇਹ ਆ ਬਈ ਇਹ ਜਿਹੜੀ MSP ਆ ਇਹ ਖਰਚੇ ਦੇ ਮੁਤਾਬਕ ਬਹੁਤ ਘੱਟ ਵੱਧਦੀ ਆ, ਕਿਉਂਕਿ ਜਦੋਂ ਤੇਲ ਦਾ ਖਰਚਾ, ਬੀਆਂ ਦਾ ਖਰਚਾ, ਸਪਰੇਆਂ ਦਾ ਖਰਚਾ, ਜ਼ਮੀਨ ਦੇ ਠੇਕੇ ਦਾ ਖਰਚਾ, ਮਜ਼ਦੂਰੀ ਦਾ ਖਰਚਾ, ਸਾਰੇ ਖਰਚੇ, ਟਰੈਕਟਰ ਦਾ ਖਰਚਾ ਵੱਧ ਜਾਂਦਾ, ਤੇ ਫਿਰ ਕੁਝ ਕੁ ਜਿਹੜੇ ਪੈਸੇ ਆ ਉਹ 100 ਰੁਪਈਆ, ਕਦੇ 125 ਰੁਪਈਆ ਇੱਕ ਫਸਲ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਜਾਂਦਾ। ਮੈਨੂੰ ਲੱਗਦਾ ਵੀ ਕਿਸਾਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਜਾਊਗੀ, ਪਰ ਕਿਉਂਕਿ ਲੰਘੀ ਰਾਤ ਦੇ ਵੇਲੇ ਇਹ ਵਾਧਾ ਕੀਤਾ ਗਿਆ ਤੇ ਅੱਜ ਦੁਪਹਿਰ ਤੱਕ ਇਹਦੇ ਵਿੱਚ ਪਤਾ ਲੱਗੂਗਾ ਵੀ ਭਾਈ ਕੀ ਕੀ ਮੋੜ ਆਉਂਦੇ ਆ। ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਇਹ ਗੱਲ ਜ਼ਰੂਰ ਆ
ਵੀ ਕੇਂਦਰ ਦੀ ਸਰਕਾਰ ਨੂੰ ਫਸਲ ਦੇ ਭਾਅ ਦੇ ਵਿੱਚ ਚੰਗਾ ਵਾਧਾ ਕਰਨਾ ਚਾਹੀਦਾ। ਜੇ ਅਮੀਰਾਂ ਦੇ ਬਿਜ਼ਨਸ 100 ਕਰੋੜ ਤੋਂ 200 ਕਰੋੜ ਦੇ ਵਿੱਚ 3-4 ਸਾਲਾਂ ਦੇ ਵਿੱਚ ਵਾਧਾ ਹੋ ਸਕਦਾ, ਤਾਂ ਫਿਰ ਕਿਸਾਨਾਂ ਦੀ ਫਸਲ ਦੇ ਵਿੱਚ ਕੁਇੰਟਲ ਦਾ ਵਾਧਾ 100 ਰੁਪਈਆ, 20 ਰੁਪਈਆ, 50 ਰੁਪਈਏ ਇਵੇਂ ਨਹੀਂ ਹੋਣਾ ਚਾਹੀਦਾ ਜੀ। ਜੀ ਬਿਲਕੁਲ। ਚਲੋ ਸਾਹਿਬ, ਗਰਮੀ ਨੇ ਕਹਿੰਦੇ ਵੱਟ ਕੱਢੇ ਪਏ ਨੇ, 22 ਲੋਕਾਂ ਦੀ ਮੌਤ ਹੋ ਗਈ ਹੈ, ਪਰ ਕੱਲ ਕਹਿੰਦੇ ਕਿ ਥੋੜਾ ਜਿਹਾ ਮੌਸਮ ਨੇ ਕਰਵਟ ਬਦਲੀ ਹੈ, ਉਧਰ ਅੰਮ੍ਰਿਤਸਰ ਤੇ ਅਜਨਾਲਾ ਦੇ ਵਿੱਚ ਗੜੇ ਪਏ ਨੇ, ਮੀਂਹ ਦੀ ਸੰਭਾਵਨਾ ਵੀ ਵਧੀ ਹਾਂ ਹੈ। ਬਿਲਕੁਲ ਜੀ, ਬਿਲਕੁਲ। ਗੱਲ ਇਹ ਜੀ ਕਿ 22 ਲੋਕਾਂ ਦੀ ਮੌਤ ਹੋਈ ਹੈ ਜੀ, ਦਿੱਲੀ ਤੇ ਨੋਇਡਾ ਖੇਤਰ ਦੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ ਇਸ ਗਰਮੀ ਦੇ ਕਰਕੇ ਥੋੜੇ ਕੁ ਦਿਨਾਂ ਦੇ ਵਿੱਚ। ਪਰ ਦਿੱਲੀ ਦੇ ਵਿੱਚ ਵੀ ਕਹਿੰਦੇ ਹੁਣ ਮੌਸਮ ਬਦਲ ਜਾਣਾ, ਪੰਜਾਬ ਦੇ ਵਿੱਚ ਮੌਸਮ ਭਾਈ ਬਦਲ ਗਿਆ। ਲੰਘੇ ਕੱਲ ਅਜਨਾਲਾ ਦੇ ਵੱਲ, ਅੰਮ੍ਰਿਤਸਰ ਦੇ ਵੱਲ ਕਈ ਥਾਵਾਂ ਤੇ ਗੜੇ ਪਏ, ਮੀਂਹ ਵੀ ਪਿਆ। ਜਲੰਧਰ ਦੇ ਵਿੱਚ ਸੋਹਣੀ ਹਵਾ ਚੱਲੀ ਆ, ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਠੀਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਆ, ਤੇ ਕਹਿੰਦੇ ਆ ਵੀ ਭਾਈ 25 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਪੂਰੀ ਵੱਧ ਜਾਣੀ ਆ। ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣਾ ਜੀ। ਜੀ, ਸੋ ਖੈਰ, ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ, ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ। ਬਹੁਤ ਮਿਹਰਬਾਨੀ ਜੀ।